ਤੁਹਾਡਾ ਸ਼ਹਿਰ ਤੁਹਾਡੇ ਮੁਰਦੇ ਇਹ ਤੁਹਾਡਾ ਪ੍ਰੋਗਰਾਮ ਹੈ ਔਰ ਇਸ ਤੁਹਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਨ ਜਨ ਤੱਕ ਪਹੁੰਚਿਆ ਜਾਏ ਉਹਨਾਂ ਦੇ ਮਨ ਦੀ ਗੱਲ ਸੁਣੀ ਜਾਏ ਔਰ ਇਸ ਪ੍ਰੋਗਰਾਮ ਦੇ ਰਾਹੀਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਗਰ ਕਿਸੇ ਵੀ ਨਾਗਰਿਕ ਦੀ ਕੋਈ ਪਰੇਸ਼ਾਨੀ ਹੈ ਕਿਸੇ ਵੀ ਵਰਗ ਦੀ ਕਿਸੇ ਖੇਤਰ ਦੀ ਕੋਈ ਪਰੇਸ਼ਾਨੀ ਹੈ ਉਸ ਨੂੰ ਨਸ਼ਰ ਕੀਤਾ ਜਾਏ ਨਾ ਸਿਰਫ ਨਸ਼ਰ ਕੀਤਾ ਜਾਏ ਸਗੋਂ ਪ੍ਰਮੁੱਖਤਾ ਦੇ ਨਾਲ ਖਬਰ ਨੂੰ ਦਿਖਾ ਕੇ ਉਸਨੂੰ ਹੱਲ ਦੇ ਵੱਲ ਵੀ ਤੋਰਿਆ ਜਾਏ ਸੋ ਹਲਕਾ ਪਠਾਨਕੋਟ ਅਸੀਂ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਭੂਆ ਦੀ ਜਿੱਥੋਂ ਦੇ ਲੋਕ ਟੁੱਟੀਆਂ ਸੜਕਾਂ ਤੋਂ ਪਰੇਸ਼ਾਨ ਨੇ ਟੁੱਟੀਆਂ ਸੜਕਾਂ ਦੇ ਕਰਕੇ ਮਿੱਟੀ ਕੱਟਾ ਵੀ ਖਾਸਾ ਹੈ ਖਾਸੀ ਸਮੱਸਿਆਵਾਂ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਔਰ ਇਸ ਸਮੱਸਿਆ ਨੂੰ ਲੈ ਕੇ ਲੋਕਾਂ ਦੀ ਸਰਕਾਰ ਨੂੰ ਕੀ ਅਪੀਲ ਹੈ ਕੀ ਮੰਗ ਹੈ ਕੀ ਉਮੀਦਾਂ ਨੇ ਗਰਾਊਂਡ ਜ਼ੀਰੋ ਤੋਂ ਦੇਖੋ ਸਾਡੀ ਖਾਸ ਰਿਪੋਰਟ ਪਠਾਨਕੋਟ ਤੇ ਹਲਕਾ ਭੋਆ ਦੀਆਂ ਟੁੱਟੀਆਂ ਸੜਕਾਂ ਆਉਣ ਜਾਣ ਵਾਲੇ ਰਾਹਗੀਰਾਂ ਲਈ ਮੁਸ਼ਕਲ ਦਾ ਕਾਰਨ ਬਣ ਰਹੀਆਂ ਨੇ ਸੜਕਾਂ ਤੇ ਤਮਾਮ ਗੱਡੇ ਤੇ ਮਿੱਟੀ ਘੱਟਾ ਲੋਕਾਂ ਦੀ ਰਹਿਣੀ ਸਹਿਣੀ ਨੂੰ ਖਰਾਬ ਕਰ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸੜਕ ਟੁੱਟੀ ਹੋਣ ਕਾਰਨ ਵੱਡੇ ਤੇ ਬੱਚਿਆਂ ਨੂੰ ਆਉਣ ਜਾਣ 'ਚ ਮੁਸ਼ਕਲ ਹੁੰਦੀ ਹੈ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟੁੱਟੀਆਂ ਸੜਕਾਂ ਕਾਰਨ ਉਹਨਾਂ ਦੇ ਘਰਾਂ 'ਚ ਮਿੱਟੀ ਭਰ ਜਾਂਦੀ ਹੈ ਖੱਡੇ ਬਹੁਤ ਜ਼ਿਆਦਾ ਹੈਗੇ ਨੇ ਬੱਚੇ ਤੇ ਪਰ ਚੱਲ ਨਹੀਂ ਸਕਦੇ ਕੋਈ ਆ ਨਹੀਂ ਸਕਦਾ ਕੋਈ ਜਾ ਨਹੀਂ ਸਕਦਾ ਇੱਥੇ ਮਿੱਟੀ ਨਹੀਂ ਉੱਡਦੀ ਆ ਕਿ ਸਾਨੂੰ ਜਾਣ ਕਿ ਦਮਾਂ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੈਗੀ ਆ ਮੈਂ ਇਹ ਹੀ ਬੇਨਤੀ ਕਰਦਾ ਕਿ ਰੋਡ ਦਾ ਜਲਦ ਤੋਂ ਜਲਦ ਕੰਮ ਲਾਇਆ ਜਾਏ ਕਿਉਂਕਿ ਸਾਡੇ ਘਰਾਂ 'ਚ ਇੰਨੀ ਮਿੱਟੀ ਜਾਂਦੀ ਹੈ ਕਿ ਰਾਤ ਨੂੰ ਬਾਈਕ ਵੀ ਬਾਹਰ ਰਹਿ ਜਾਏ ਸਵੇਰੇ ਨੂੰ ਉਹ ਫੁੱਟ ਫੁੱਟ ਮਿੱਟੀ ਉਹਦੇ ਉੱਤੇ ਹੁੰਦੀ ਹੈ ਜੀ ਬੁਰਾ ਹਾਲ ਹੈ ਜੀ ਰੋਡ ਦਾ ਔਖਾ ਹੀ ਹੈ ਜੀ ਖੱਡੇ ਆ ਸਾਡੇ ਹਾਲਾਤ ਦੇਖ ਲਓ ਤੁਸੀਂ ਕੀ ਹਾਲਾਤ ਹੈ ਸਾਡੇ ਘੱਟੇ ਨਾਲ ਇਹਦਾ ਹੀ ਕੰਮ ਕਰਨੇ ਲੱਗ ਗਈ ਤੇ ਘੱਟੇ ਨਾਲ ਬੁਰਾ ਹਾਲ ਆ ਇਹ ਸੁਣੋ ਵੀ ਦਵੀ ਦੀ ਬਿਮਾਰੀ ਸੀ ਜੀ ਕਿਹਾ ਨਹੀਂ ਤੁਸੀਂ ਆਪਣੇ MLA ਨੂੰ ਜਾਂ ਅਫਸਰਾਂ ਨੂੰ ਕਿ ਇਹ ਰੋਡ ਬਣਾਓ ਇਹ ਸਾਰੇ ਕਹਿੰਦੇ ਆ ਪਰ ਕੋਈ ਸੁਣਦਾ ਹੀ ਨਹੀਂ ਜਦੋਂ ਇਸ ਸੰਬੰਧੀ ਵਿਧਾਇਕ ਜੋਗਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਦਾ ਠੀਕਰਾ ਅਕਾਲੀ ਦਲ ਦੇ ਸਿਰ ਤੇ ਸੁੱਟਿਆ ਤੇ ਆਪਣੇ ਵਿਕਾਸ ਕਾਰਜਾਂ ਦੀ ਗਾਥਾ ਗਾਈ ਹੈ ਅਕਾਲੀ ਦੇ BJP ਨੇ ਰਾਜ ਕੀਤਾ ਉਸ ਵੇਲੇ BRO ਕਿੱਥੇ ਸੀ ਬਈ ਜਾਓ ਜਿਹੜਾ ਉਹਨਾਂ ਦਾ ਚੀਫ ਇੰਜੀਨੀਅਰ ਆ ਬ੍ਰਿਗੇਡੀਅਰ ਜਿਹੜਾ ਉਹਨੂੰ ਪੁੱਛੋ ਕਿ ਇਸ ਰੋਡ ਦੇ ਉੱਤੇ ਜੋਗਿੰਦਰਪਾਲ ਦਾ ਕਿੰਨਾ ਰੋਲ ਹੈ ਔਰ ਜਿਹੜੇ ਬੂਟੇ ਬਣਾਏ ਗਏ ਨੇ ਮੈਂ ਪਹਿਲੇ ਪੰਜਾਬ 'ਚ ਉਹਨਾਂ ਨੂੰ ਪਰਮਿਸ਼ਨ ਲੈ ਕੇ ਦਿੱਤੀ ਉਹਦੇ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵੇ ਨੂੰ ਨਾਲ ਲੈ ਕੇ ਫਿਰ ਮੈਂ ਦਿੱਲੀ ਤੋਂ ਪਰਮਿਸ਼ਨ ਲੈ ਕੇ ਦਿੱਤੀ ਜੇ ਰੋਡ ਸੈਂਟਰ ਦਾ ਬਕਨੌਰ ਪੁਲ ਦੇ ਉੱਤੇ ਤੁਸੀਂ ਵੀ ਮੇਰੇ ਨਾਲ ਗਏ ਸੀ ਉੱਥੇ ਮੇਰੀ ਪਲੇਟ ਕਿਉਂ ਲਾਈ ਉਹਨਾਂ ਜ਼ਿਕਰਯੋਗ ਹੈ ਕਿ ਹਰ ਸਾਲ ਵਿਧਾਇਕ ਤੇ ਨਿਗਮ ਦੇ ਮੈਂਬਰ ਸਥਾਨਕ ਲੋਕਾਂ ਦੇ ਮੁੱਦਿਆਂ ਤੇ ਵੋਟ ਮੰਗਣ ਆਉਂਦੇ ਨੇ ਪਰ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਾਅਦੇ ਤੇ ਦਾਅਵੇ ਭੁੱਲ ਜਾਂਦੇ ਨੇ ਲੋੜ ਹੈ ਸਰਕਾਰ ਇਹਨਾਂ ਸੜਕਾਂ ਵੱਲ ਵੱਧ ਧਿਆਨ ਦੇਵੇ ਕੰਮ ਜਲਦ ਪੂਰਾ ਕਰਵਾਏ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਅਜੇ ਮਹਾਜਨ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਅਜੇ ਉਮੀਦਾਂ ਬਹੁਤ ਹੁੰਦੀਆਂ ਨੇ ਲੋਕਾਂ ਨੂੰ ਜਿਸ ਵੇਲੇ ਨੁਮਾਇੰਦਾ ਚੁਣਿਆ ਜਾਂਦਾ ਬੜੀਆਂ ਉਮੀਦਾਂ ਦੇ ਨਾਲ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਨੇ ਵੋਟਰ ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਸਵਾਲ ਉੱਠ ਖੜੇ ਹੁੰਦੇ ਨੇ ਕਿ ਜਿਸ ਵੇਲੇ ਵੋਟਾਂ ਲੈਣੀਆਂ ਹੁੰਦੀਆਂ ਨੇ ਘਰ ਘਰ ਤੱਕ ਪਹੁੰਚ ਕੀਤੀ ਜਾਂਦੀ ਹੈ ਲੇਕਿਨ ਜਦੋਂ ਵੋਟਾਂ ਮਿਲ ਜਾਂਦੀਆਂ ਨੇ ਫਿਰ ਸਾਰ ਕਿਉਂ ਨਹੀਂ ਲਈ ਜਾਂਦੀ ਜੀ ਬਿਲਕੁਲ ਗਗਨ ਭੂਆ ਹਲਕਾ ਦੀ ਜੇ ਗੱਲ ਕੀਤੀ ਜਾਵੇ ਜਿਸ ਸੜਕ ਦੇ ਉੱਤੇ ਅਸੀਂ ਮੌਜੂਦ ਹੈਗੇ ਹਾਂ ਇੱਥੇ 10 ਮਿੰਟ ਖੜਾ ਹੋਣਾ ਵੀ ਜਿਹੜਾ ਹੈਗਾ ਉਹ ਮੁਸ਼ਕਲ ਲੱਗ ਰਿਹਾ ਹੈਗਾ ਕਿਉਂਕਿ ਸੜਕ ਦੀ ਹਾਲਤ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਬਿਲਕੁਲ ਸੜਕ ਨਜ਼ਰ ਹੀ ਨਹੀਂ ਆ ਰਹੀ ਹੈਗੀ ਸਿਰਫ ਗੱਡੀਆਂ ਜਦੋਂ ਇੱਥੋਂ ਚੱਲਦੀਆਂ ਹੈਗੀਆਂ ਨੇ ਸਿਰਫ ਘੱਟਾ ਜਿਹੜਾ ਹੈਗਾ ਉਹ ਉੜਦਾ ਇੱਥੋਂ ਦਿਖਾਈ ਦਿੰਦਾ ਹੈਗਾ ਔਰ ਇੱਥੇ ਕੋਈ ਵੀ ਇਸ ਸੜਕ ਤੋਂ ਲੰਘਣਾ ਜਿਹੜਾ ਹੈਗਾ ਉਹ ਬੜਾ ਮੁਸ਼ਕਲ ਹੈਗਾ ਕਿਸੇ ਵਾਸਤੇ ਵੀ ਲੋਕ ਜਿਹੜੇ ਹੈਗੇ ਨੇ ਨਰਕ ਦੀ ਜ਼ਿੰਦਗੀ ਜਿਹੜੀ ਹੈਗੀ ਨੇ ਇੱਥੇ ਜੀਦੇ ਹੈਗੇ ਨੇ ਜਦੋਂ ਹਲਕਾ ਵਿਧਾਇਕ ਜੋਗਿੰਦਰਪਾਲ ਨਾਲ ਅਸੀਂ ਗੱਲ ਕਰਨੀ ਚਾਹੀਦਾ ਉਹ ਵੀ ਤਿਲ ਮਿਲਾ ਉੱਠੇ ਕਿ ਸੜਕਾਂ ਦੀ ਹਾਲਤ ਤਾਂ ਬਿਲਕੁਲ ਠੀਕ ਹੈਗੀ ਹੈ ਲੇਕਿਨ ਉਹਨਾਂ ਨੇ ਆਪਣੀ ਤੈਸ ਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਸੀਗੀ ਸਾਡੇ ਨਾਲ ਗੱਲਬਾਤ ਦੇ ਦੌਰਾਨ ਉਹ ਕਹਿੰਦੇ ਸੀਗੇ ਕਿ ਜੇਕਰ ਇਹ ਜਿਹੜੀ ਸੜਕ ਹੈਗੀ ਹੈ ਜਿੱਥੇ ਅਸੀਂ ਮੌਜੂਦ ਹੈਗੇ ਹਾਂ ਸੁੰਦਰ ਚੱਕ ਤੋਂ ਲੈ ਕਰਕੇ ਮਲਕਪੁਰ ਤੱਕ ਦਾ ਇਹ ਰੋਡ ਹੈਗਾ ਔਰ ਇਹ ਰੋਡ ਦੇ ਉੱਤੇ ਸੜਕ ਤਾਂ ਨਜ਼ਰ ਹੀ ਨਹੀਂ ਆ ਰਹੀ ਪਿਛਲੇ 4 ਸਾਲ ਤੋਂ ਸਰਕਾਰ ਨੇ ਲਗਾਤਾਰ ਵਾਅਦੇ ਕੀਤੇ ਨੇ ਲੇਕਿਨ ਸੜਕ ਨਹੀਂ ਬਣਾਈ ਜੋਗਿੰਦਰਪਾਲ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਟਿਕਟ ਹੀ ਅਪਲਾਈ ਨਹੀਂ ਕਰਨਗੇ ਜੇਕਰ ਇਹ ਸੜਕ ਜਿਹੜੀ ਹੈਗੀ ਆ ਉਹਨਾਂ ਦੇ ਟੈਨੋਰ ਦੇ ਵਿੱਚ ਨਹੀਂ ਬਣਾਈ ਜਾਂਦੀ ਸੋ ਵੱਡਾ ਸਵਾਲ ਹਾਲਾਤ ਦਿਖਾ ਦਿਓ ਜ਼ਰਾ ਕੈਮਰਾ ਪੈਨ ਕਰਕੇ ਹਾਲਾਤ ਜਿਹੜੇ ਹੈਗੇ ਨੇ ਉਹ ਜ਼ਰੂਰ ਮੈਂ ਦਿਖਾ ਰਿਹਾ ਹੈਗਾ ਕਿ ਸੜਕ ਦੀ ਹਾਲਤ ਜਿਹੜੀ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਸੜਕ ਤਾਂ ਕਿਤੇ ਨਜ਼ਰ ਹੀ ਨਹੀਂ ਆ ਰਹੀ ਹੈਗੀ ਬਿਲਕੁਲ ਜਿਹੜੇ ਹੈਗਾ ਇੱਕਦਮ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਰਸਤਾ ਹੁੰਦਾ ਹੈ ਉਵੇਂ ਦਾ ਰਸਤਾ ਨਜ਼ਰ ਆ ਰਿਹਾ ਹੈਗਾ ਗੱਡੀਆਂ ਦੇ ਨਾਲ ਜੋਗਿੰਦਰਪਾਲ ਜੀ ਨੂੰ ਇਸ ਦੀ ਜਾਣਕਾਰੀ ਨਹੀਂ ਸੀ
हलका विधायक नूं इस बारे जानकारी नहीं सी कि किन्ने लंबे वक्त तो इस सड़क के ही हालात दे विच है। बिल्कुल गगन, जानकारी जोगिंदर पाल नूं इस बारे हैगी है। असीं भी उन्हां दी अखां खोलण दी कोशिश कीती कि जनाब जाग जाओ, चार साल हो गए, लोग जिहड़े हैगे ने तुहानूं दुबारा वोटां क्यों पाउणगे, इस गल दा जवाब दिओ। तां तैश दे विच आके जोगिंदर पाल ने सानूं जवाब दित्ता कि ओह टिकट ही अपलाई नहीं करनगे जेकर इस सड़क दा काम नहीं लगदा हैगा। 10 मिंट तो असीं इत्थे खड़े हैगे और तकरीबन लगभग मेरी शर्ट जिहड़ी हैगी ओह मिट्टी नाल हालांकि भर चुकी हैगी है, ट्रक लगातार लंघदे हैगे ने और मिट्टी उड़दी हैगी है। दुकानदार इत्थे मेरे नाल मौजूद हैगे ने, पूरा दिन जिहड़े हैगे ने इस मुसीबत का सामना करते हैं। जनाब की फेस करना पैंदा तुहानूं इत्थे? इत्थे जी बैठे नहीं जांदा जी, देखो ते मिट्टी ते देखो ते हाल देखो किन्ना बुरा हाल है, टुट्टी सड़क हैगी आ, सड़क ट्राले आंदे ने ते पूरे पूरे भर के चल जांदे ने, इत्थों कोई नहीं आंदा हैगा। इसे सड़क तों लंघण वेले बंदा वी घर जाके पछाणिया नहीं जांदा कि मिट्टी किद्दां होंदी इत्थे, इन्नी कि मिट्टी है कि सड़क च टोए भी हैगे ते सड़क ट्राले भी खराब हो जांदे हैगे। जो बिल्कुल मिट्टी मिट्टी दा जिहड़ा हाल है ओह तुहानूं दिखाउंदे हैगे आ लाइव तस्वीरां। जवाब लेना जरूर, लेकिन स्थानक लोग मौजूद ने, उन्होंने सवाल करो कि प्रशासनिक पद्धति अधिकारी या किसी विभागी अमले ने इस समस्या के बारे सूचित किया? जी बिल्कुल, इतने दुकानदार जिहड़े हैगे ने ओह मौजूद हैगे ने, उन्हां नाल गलबात कर लैणे हैगे। जनाब की डीसी पठानकोट या फिर किहड़े प्रशासन दे अधिकारी हैगे ने उन्हां नाल तो तुहाडी गलबात होई हैगी है? सर गल तां हुंदी रहिंदी है पर आ तो करदे ही नहीं, ठीक ही नहीं करदे। ओह कहिंदे साडे कोल बण गई हैगी है, सड़क बणी नहीं हैगी, ऐ देख लो मिट्टी देख लो तुसीं, आपे देखे करदे ने, नज़र आउंदा पिआ तुहानूं सारिआं नूं, ते इत्थे कोई आ नहीं जी। बिल्कुल नज़र जिहड़ी हैगी है सारे पासे, असीं लाइव तस्वीरां दिखा रहे हैगे आ गगन कि इत्थे मिट्टी जिहड़ी हैगी है ओह इन्नी ज़्यादा हैगी है कि कुछ भी जिहड़ा हैगा पॉसिबल नहीं हैगा इत्थे खड़ना। लोग जिहड़े हैगे ने लगातार मुसीबत का सामना करते हैगे ने, लेकिन MLA जोगिंदर पाल दे जिहड़ा हैगा कन्न ते जूं तक जिहड़ी जिहड़ी हैगी है नहीं सिरकदी हैगी, ना ही सरकारां सामने आउंदियां ने, ना ही प्रशासन का कोई बंदा जिहड़ा हैगा ओह सामने आंदा हैगा। लोग जिहड़े हैगे ने बहुत ज़्यादा परेशान ने, चार साल तो सिर्फ वादे होए ने, दावे ने, काम नहीं किया गया। MLA जोगिंदर पाल जिहड़े हैगे ने उन्हां नाल जदों गलबात कीती तां उन्हां ने तैश दे विच आ के इक गल जरूर कही हैगी है कि ओह टिकट ही अपलाई नहीं करनगे जेकर इस सड़कां दा काम नहीं लगदा। तां तुसीं देख सकदे हैगे हो कि असीं तकरीबन 10 तों 12 मिंट दे इत्थे खड़े हैगे आ और मिट्टी कट्टा इन्ना ज्यादा हैगा कि जिहड़ा हैगा साडे बालां दे उत्ते कट्टा तुसीं देख सकदे हैगे, शर्ट ते देख सकदे हैगे कि इन्नी ज्यादा मिट्टी उड़दी हैगी, सड़क किते नजर नहीं आ रही हैगी। इस तरह तो सड़क हादसे भी वापरदे होणगे, कीमती जाना भी जांदियां होणगियां। बिल्कुल, कई लोगों की जान गई हैगी है, कई बार इन्हां रोडां दे उत्ते धरने लगे हैगे, लेकिन रोड बनाने की जिम्मेदारी विधायक की हैगी है, विधायक जनता दे नाल वादे जरूर कर लैंदे ने, विधायक को जदों सवाल पुछिया जांदा फिर विधायक तैश दे विच मीडिया नूं ही उल्टा सवाल करदे ने हैगे ने। विधायक कहिंदे हैगे ने कि मेरी नेम प्लेट उत्थे लगी हैगी है फलानी सड़क ते, मेरी नेम प्लेट फलानी सड़क ते लगी हैगी है, लेकिन विधायक नूं इह कौण समझाएगा, क्योंकि विधायक नूं इह गल समझ नहीं आ रही हैगी कि सिर्फ नेम प्लेटां लगन दे नाल गल नहीं हुंदी हैगी। जिहड़े लोग इस कट्टे दी सड़क दे विचों निकलदे होणगे उहनां दा सोचो की हाल हुंदा होएगा, उह विधायक नूं ही बुरा भला बोलदे होणगे, और जदों विधायक वोटां मंगण जाणगे इह लोक उहनां नूं घर नहीं वड़न देणगे। इह हाले तक नज़र जिहड़ा हैगा ਪੋਆ ਹਲਕੇ ਦੇ ਵਿਧਾਇਕ ਨੂੰ ਨਜ਼ਰ ਨਹੀਂ ਆ ਰਿਹਾ ਹੈਗਾ, ਨਾ ਹੀ ਪੰਜਾਬ ਦੀ ਸੁੱਤੀ ਹੋਈ ਸਰਕਾਰ ਨੂੰ ਇਹਨਾਂ ਸੜਕਾਂ ਦੇ ਬਾਰੇ ਕੋਈ ਖਿਆਲ ਹੁੰਦਾ ਹੈਗਾ। ਇੱਥੋਂ ਕਈ ਵੱਡੇ ਲੀਡਰ ਵੀ ਇਲੈਕਸ਼ਨ ਲੜ ਚੁੱਕੇ ਹੈਗੇ ਨੇ, ਲੇਕਿਨ ਪ੍ਰਤਾਪ ਸਿੰਘ ਬਾਜਵਾ ਖੁਦ ਰਾਜ ਸਭਾ ਮੈਂਬਰ ਹੈਗੇ ਨੇ ਇੱਥੋਂ, ਔਰ MP ਵੀ ਰਹਿ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ, ਸਨੀ ਦਿਓਲ ਵੀ ਇੱਥੋਂ ਸੰਸਦ ਮੈਂਬਰ ਹੈਗੇ ਨੇ, ਸਨੀ ਦਿਓਲ ਨੂੰ ਵੀ ਇਹਨਾਂ ਸੜਕਾਂ ਦੇ ਉੜਦਾ ਕੱਟਾ ਨਜ਼ਰ ਨਹੀਂ ਆਉਂਦਾ ਹੈਗਾ, ਟੁੱਟੀਆਂ ਹੋਈਆਂ ਸੜਕਾਂ ਸਨੀ ਦਿਓਲ ਨੂੰ ਵੀ ਨਜ਼ਰ ਨਹੀਂ ਆਉਂਦੀ ਹੈਗੀਆਂ। ਸਿਰਫ ਇਲੈਕਸ਼ਨ ਜਿੱਤ ਕੇ ਸਿਰਫ ਸਨੀ ਦਿਓਲ ਬੰਬੇ ਜਾ ਕੇ ਬੈਠ ਗਏ ਨੇ, ਕੋਈ ਲੋਕਾਂ ਦਾ ਖਿਆਲ ਕਿਸੇ ਨੂੰ ਨਹੀਂ ਹੈਗਾ। ਗਗਨ ਮੈਂ ਤਾਂ ਹੈਰਾਨ ਹਾਂ ਉਸ ਦਿਨ ਨੂੰ ਸੋਚ ਕੇ ਜਦੋਂ ਹਲਕਾ ਭੋਆ ਦੇ ਵਸਨੀਕਾਂ ਦੇ ਨਾਲ ਘਰ ਘਰ ਜਾ ਕੇ ਵੋਟਾਂ ਦੀ ਅਪੀਲ ਕੀਤੀ ਜਾਏਗੀ ਤੇ ਇਸੇ ਸੜਕ ਦਾ ਇਸਤੇਮਾਲ ਹੋਊਗਾ ਜਾਂ ਕੋਈ ਹੋਰ ਸੜਕ ਨਵੀਂ ਤਿਆਰ ਕੀਤੀ ਜਾਊਗੀ? ਜੀ ਇਹ ਸੜਕ ਮੁੱਦਾ ਜ਼ਰੂਰ ਰਹੇਗੀ ਗਗਨ, ਇਲੈਕਸ਼ਨ ਦੇ ਵਿੱਚ ਇਹ ਸੜਕ ਜ਼ਰੂਰ ਮੁੱਦਾ ਰਹੇਗੀ, ਕਿਉਂਕਿ ਤਕਰੀਬਨ ਇਸ ਸੜਕ ਤੇ ਮਲਕਪੁਰ ਚੌਂਕ ਤੋਂ ਲੈ ਕਰਕੇ ਕੀੜੀਆਂ ਤੋਂ ਲੈ ਕਰਕੇ ਤੇ ਕਥਲੋਰ ਪੁਲ ਤੱਕ ਇਹ ਟੋਟਲ ਤਕਰੀਬਨ 15 ਤੋਂ 18 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈਗਾ ਇਹ ਬਿਲਕੁਲ ਟੁੱਟਿਆ ਹੋਇਆ ਹੈਗਾ, ਔਰ ਤਕਰੀਬਨ 70 ਦੇ ਕਰੀਬ ਪਿੰਡ ਜਿਹੜੇ ਹੈਗੇ ਨੇ ਉਹ ਇਹਨਾਂ ਸੜਕਾਂ ਦੇ ਨਾਲ ਲੱਗਦੇ ਹੈਗੇ ਨੇ।
इन्हां पिंडां दे विच लोग जिहड़े हैगे ने लंघना पसंद नहीं करते हैगे, लोग जिहड़े हैगे ने इत्थों इस सड़क दे उत्ते आना पसंद नहीं करते हैगे, लोग जिहड़े बिल्कुल होर किसी पिंड दे जिहड़े लिंक रोड हैगे ने। अजय इक गल दसो, जो हलका भोआ दे विधायक ने, जरा स्थानक लोकां दे नाल गलबात करो, जरा रिपोर्ट कार्ड लईए उहनां दा, चार सालां च उहनां ने की कीता अगर इस सड़क नूं भी छड्ड दईए, हलका पूरे हलके दे लई उहनां ने की कीता, लोकां दी ज़ुबान ही सुण लईए जरा। जी बिल्कुल, इत्थे इक देखो लोग इत्थे लंघना भी पसंद नहीं करते, लेकिन एक दुकानदार जिहड़े हैगे ने उह साडे नाल मौजूद हैगे ने, उहनां तों ही पुछ लैंदे आ जनाब की रिपोर्ट कार्ड है तुहाडे इत्थे चार साल दा एमएलए दा, की हुण लोकी उहनां नूं वोटां पाउणगे? नहीं जी नहीं, वोट नहीं पावांगे। ਕਿਆ ਤੇ ਸੜਕ ਦੇ ਕਾਰਨ ਇੱਥੇ ਬੈਠਿਆ ਨਹੀਂ ਜਾਂਦਾ, ਤੇ ਟਰਾਲੇ ਜਾਂਦੇ ਨੇ ਇੱਥੋਂ, ਹੋਰ ਕੁਛ ਨਹੀਂ ਜਾਂਦਾ, ਸੋ ਆਏ ਟਰਾਲਿਆਂ ਤੇ ਕੋਈ ਚੀਜ਼ ਨਹੀਂ ਜਾਂਦੀ ਇੱਥੋਂ, ਕਾਰ ਕੋਈ ਲੈ ਕੇ ਨਹੀਂ ਆਉਂਦਾ ਕਿਉਂਕਿ ਟੋਟੀ ਜਾਂਦੀ ਆ, ਦੋ ਦੋ ਢਾਈ ਢਾਈ ਫੁੱਟ ਖੱਡੇ ਨੇ ਕਾਰ ਲੰਘਦੀ ਨਹੀਂ, ਤੇ ਮੋਟਰਸਾਈਕਲ ਤੇ ਚੱਲਿਆ ਨਹੀਂ ਜਾਂਦਾ ਕਿਉਂਕਿ ਮੋਟਰਸਾਈਕਲ ਘਰ ਪੁੱਜਣਾ ਵੀ ਆ ਜਾਂ ਨਹੀਂ, ਇਹ ਵੀ ਦੇਖ ਲਓ ਤੁਸੀਂ। ਜੀ ਬਿਲਕੁਲ, ਮੋਟਰਸਾਈਕਲ ਜਿਹੜਾ ਹੈ ਦਿਨਾਂ ਵਿੱਚ ਤੇ ਬੜੀ ਪ੍ਰੋਬਲਮ ਹੁੰਦੀ ਆ, ਬਰਸਾਤ ਦੇ ਦਿਨਾਂ ਵਿੱਚ ਤੇ ਇੱਥੇ ਪਾਣੀ ਜਾਨਕੀ ਚਿੱਕੜੀ ਚਿੱਕੜ ਹੁੰਦਾ, ਤੇ ਜਾਨਕੀ ਹੋਰ ਤੇ ਕੁਛ ਹੁੰਦਾ ਹੀ ਨਹੀਂ। ਜੀ ਬਿਲਕੁਲ ਗਗਨ, ਇੱਕ ਵੱਡੀ ਗੱਲ ਇਹ ਵੀ ਹੈਗੀ ਆ ਕਿ ਇਸ ਧੂਲ ਭਰੀ ਸੜਕ ਦੇ ਉੱਤੇ ਜਦੋਂ ਬਾਰਿਸ਼ ਹੋ ਜਾਵੇ ਤਾਂ ਸੋਚੋ ਚਿੱਕੜ ਕਿੰਨਾ ਹੋਵੇਗਾ, ਔਰ ਜਦੋਂ ਚਿੱਕੜ ਹੁੰਦਾ ਹੈਗਾ ਤਾਂ ਇੱਕੋ ਹੀ ਮੋਟਰਸਾਈਕਲ ਵਾਲਾ ਜਿਹੜਾ ਹੈਗਾ ਇਧਰੋਂ ਲੰਘ ਵੀ ਨਹੀਂ ਸਕਦਾ ਹੈਗਾ, ਕਿਉਂਕਿ ਮੋਟਰਸਾਈਕਲ ਸਕੇਟ ਕਰੇਗੀ ਡਿੱਗੇਗਾ, ਸੱਟ ਲੱਗਣ ਦਾ ਖਸਾ ਜਿਹੜਾ ਹੈਗਾ ਉਹ ਲੋਕਾਂ ਨੂੰ ਰਹਿੰਦਾ ਹੈਗਾ, ਸੋ ਗੱਲ ਇਹ ਹੈਗੀ ਆ ਕਿ ਲੋਕਾਂ ਦੀ ਜ਼ੁਬਾਨੀ ਤੁਸੀਂ ਸੁਣ ਲਿਆ ਹੈਗਾ ਕਿ ਲੋਕ ਵੋਟਾਂ ਨਹੀਂ ਪਾਉਣਗੇ, ਇਹਨਾਂ ਦੇ ਦਰਵਾਜ਼ੇ ਖੜਕਾ ਲਓ, ਇਹਨਾਂ ਦੇ ਜਿੰਨੇ ਮਰਜ਼ੀ ਜਾ ਕਰਕੇ ਝੂਠੇ ਵਾਅਦੇ ਕਰ ਲਓ ਲੋਕਾਂ ਦੇ ਨਾਲ ਇਸ ਵਾਰ, ਲੇਕਿਨ ਸੜਕਾਂ ਭੋਏ ਹਲਕੇ ਦੀਆਂ ਮੁੱਦਾ ਰਹੇਗਾ, ਸੜਕਾਂ ਭੋਏ ਹਲਕੇ ਦੀਆਂ ਇਸ ਵਾਰ ਇਲੈਕਸ਼ਨ ਦੇ ਵਿੱਚ ਜ਼ਰੂਰ ਉਹਨਾਂ ਲੋਕਾਂ ਨੂੰ, ਉਹਨਾਂ ਨੁਮਾਇੰਦਿਆਂ ਨੂੰ ਸਬਕ ਸਿਖਾਣਗੀਆਂ, ਜਿਹੜਾ ਜਿਹੜੇ ਲੋਕ ਜਿਹੜੇ ਹੈਗੇ ਨੇ ਚਾਰ ਸਾਲ ਤੋਂ ਸਿਰਫ ਜਿੱਤ ਕੇ ਘਰ ਬੈਠ ਗਏ ਨੇ, ਲੋਕਾਂ ਦਾ ਸਾਰ ਜਿਹੜਾ ਹੈਗਾ ਉਹ ਨਹੀਂ ਲਿਆ ਜਾ ਰਿਹਾ ਹੈਗਾ, ਇਹਨਾਂ ਚੀਜ਼ਾਂ ਦਾ ਖਮਿਆਜ਼ਾ ਵਿਧਾਇਕਾਂ ਨੂੰ ਜ਼ਰੂਰ ਭੁਗਤਣਾ ਪਵੇਗਾ। ਬਿਲਕੁਲ, ਔਰ ਅਜੇ ਵੀ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਦੀ ਹਾਲਤ ਜੋ ਹੈ ਜੋ ਤੁਸੀਂ ਦਿਖਾ ਰਹੇ ਹੋ, ਇਹ ਸਿਰਫ ਇੱਕੋ ਹੀ ਸੜਕ ਦੇ ਹਾਲਾਤ ਨੇ ਜਾਂ ਬਾਕੀ ਸੜਕਾਂ ਦੇ ਵੀ ਇਹੀ ਹਾਲਾਤ ਨੇ? ਜੀ ਬਿਲਕੁਲ, ਬਾਕੀ ਸੜਕਾਂ ਦੇ ਵੀ ਇਹੀ ਹਾਲਾਤ ਨੇ, ਇਹ ਜਿਹੜੇ ਸਾਰੇ ਲਿੰਕ ਰੋਡ ਨੇ, ਗਰੋਟਾ ਅਸੀਂ ਦੋ ਦਿਨ ਪਹਿਲੇ ਜਾ ਕੇ ਆਏ ਸੀਗੇ, ਔਰ ਜਿੱਥੇ ਐਮਐਲਏ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਕਿ ਇਹ ਜਿਹੜੀ ਮੇਨ ਸੜਕ ਹੈਗੀ ਹੈ, ਲਾਈਫ ਲਾਈਨ ਹੈਗੀ ਹੈ ਪੋਆ ਹਲਕੇ ਦੀ, ਇਹ ਮੇਨ 13-14 ਕਿਲੋਮੀਟਰ ਦਾ ਸਟ੍ਰੈਸ ਜਿਹੜਾ ਹੈਗਾ ਸਾਰਾ ਟੁੱਟਿਆ ਪਿਆ ਹੈਗਾ, ਜਦੋਂ ਅਸੀਂ ਉਹਨਾਂ ਤੋਂ ਜਾਣਨ ਗਏ ਸੀਗੇ ਤੇ ਉਸ ਇਲਾਕੇ ਦੀਆਂ ਸੜਕਾਂ ਵੀ ਜਿਹੜੀਆਂ ਸੀਗੀਆਂ ਟੁੱਟੀਆਂ ਪਈਆਂ ਸੀਗੀਆਂ, ਤਕਰੀਬਨ 12 ਕਿਲੋਮੀਟਰ ਦਾ ਸਫ਼ਰ ਕਰਨ ਦੇ ਵਿੱਚ 1.5 ਘੰਟੇ ਦਾ ਟਾਈਮ ਲੱਗਦਾ ਹੈਗਾ, 1.5 ਘੰਟਾ ਪਠਾਨਕੋਟ ਤੋਂ ਜਾਣ ਔਰ 1.5 ਘੰਟਾ ਹੀ ਵਾਪਿਸ ਆਉਣ ਨੂੰ ਲੱਗਦਾ ਹੈਗਾ, ਔਰ ਸੋਚੋ ਉਸ ਪਿੰਡਾਂ ਤੋਂ ਗਰੋਟਾ ਬਲਾਕ ਤੋਂ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਨੌਕਰੀਆਂ ਕਰਨ ਆਉਂਦੇ ਨੇ ਜਾਂ ਵਿਦਿਆਰਥੀ ਪੜ੍ਹਨ ਆਉਂਦੇ ਨੇ, ਉਹ ਰੋਜ਼ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਨੇ, ਫਿਰ ਲੋਕ ਕਿਉਂ ਵੋਟਾਂ ਪਾਉਣਗੇ, ਕਿਹੜੇ ਮੂੰਹ ਨੂੰ ਇਹ ਲੋਕ ਵੀ ਲੋਕਾਂ ਕੋਲ ਵੋਟਾਂ ਮੰਗਣ ਜਾਣਗੇ, ਇੱਕ ਵੱਡਾ ਸਵਾਲੀਆ ਨਿਸ਼ਾਨ ਇਹ ਜ਼ਰੂਰ ਹੈਗਾ ਇਸ ਵੇਲੇ ਜਿਹੜਾ ਮੌਜੂਦਾ ਵਿਧਾਇਕ ਹੈਗੇ ਨੇ ਜੋਗਿੰਦਰ ਪਾਲ ਭੋਆ ਹਲਕੇ ਤੋਂ, ਇੱਕ ਵੱਡਾ ਸਵਾਲ ਉਹਨਾਂ ਦੇ ਪ੍ਰਸ਼ਨ ਚਿੰਨ੍ਹ ਜ਼ਰੂਰ ਹੈਗਾ ਕਿ ਚਾਰ ਸਾਲਾਂ 'ਚ ਆਖਿਰਕਾਰ ਕੀਤਾ ਕੀ ਹੈ, ਜਿਸ ਤੈਸ਼ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਤੁਹਾਨੂੰ, ਅਜੇ ਅਗਰ ਇਸੇ ਹੀ ਤੈਸ਼ ਦੇ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਪੋਜ਼ਿਟਿਵ ਰਿਸਪੌਂਸ ਮਿਲਦਾ ਹਲਕਾ ਵਾਸੀਓ ਤੋਂ। ਬਹੁਤ ਬਹੁਤ ਸ਼ੁਕਰੀਆ ਅਜੇ ਇਸ ਖਬਰ ਦੇ ਨਾਲ ਬਣੇ ਰਹਿਣਾ, ਲਗਾਤਾਰ ਗਰਾਊਂਡ ਜ਼ੀਰੋ ਤੋਂ ਰਿਪੋਰਟ ਤੁਹਾਡੇ ਕੋਲੋਂ ਲੈਂਦੇ ਰਹਾਂਗੇ।